सत श्री अकाल, मैं डॉक्टर गौरवजीत। इस वीडियो दे विच गल करांगे बारिश बारे। बारिश जिहड़ी है वह फसलों लई किवें लाहेवंद होंदी है ते क्यों होंदी है। 21 जुलाई नूं इस मानसून की चंगी बरसात सारे पंजाब दे विच देखण नूं मिली है। काफ़ी जगह वर्खा काफ़ी ज़्यादा हुई है, जिहदे नाल पानी जिहड़ा उह काफ़ी भर गया शहरां दे विच। अमृतसर साहब दिया क्लिप्स ने 21 की सवेर 4-5 बजे के करीब असी उत्थे पहुँच गए तो काफ़ी ज़्यादा जी बारिश हुई। गुरुद्वारा साहब के आले दुआले परिक्रमा के भी काफ़ी पानी जमा हो गया सी। आह फोटो जी है सवेर की है, अगले दिन जो पानी निकल चुका सी। तो इस जी वीडियो के कुछ साइटा कुछ खोज पत्रां दे मदद नाल गल करूँगा। सब तो पहला जिहड़ा है मीह दा पानी जिहड़ा हैगा वह नरम पानी हुंदा, यानी कि सॉफ्ट वाटर हुंदा जिहड़ा पौद्यां लई सेफ हुंदा। हुण सॉफ्ट ते हार्ड वाटर की है? हार्ड वाटर जां कठोर पानी वह हुंदा जिहदे विच कैल्शियम ते मैगनीशियम दे जिहड़े लूण ने उह घुले हुंदे ने। दूसरे नंबर ते मीह दा पानी जिहड़ा हैगा वह उहदी पीएच जिहड़ी हैगी जिहड़ी सानूं तेजाबीपण ते खारापण दसदी है वह उन्नी कु हुंदी है, जिहड़ी कि पौद्यां दे ग्रोथ लई चंगी हुंदी है, यानी कि 7 दे करीब इहदी पीएच हुंदा है। वैसे असी काफ़ी किताबां दे विच पढ़दे हां जिहड़ा उह 6.5 तो लैके 8 दे करीब जिहड़ा पीएच है वह पौद्यां दी ग्रोथ लई बहुत वधिया हुंदा। इन्हां ने खैर साइट दे विच 5.5 तो 6.5 पीएच मान जिहड़ा उह पौद्यां दी ग्रोथ लई चंगा दस्सिया। हुण जिहड़ा आम साडा टैप वाटर जां जिहड़ा पाणी असीं थल्लों लैंदे हां उदी इन्हां दे मुताबक 8.5 तो 10.5 पीएच मान हुंदा जिहड़ा कि ज़्यादा हुंदा। हवा दे तत्तां ते रसायणा अनुसार मीह दे पानी दा पीएच 5.5 तो लैके 7 तक हो सकदा है, जिहड़ा पौद्यां लई बहुत सही हुंदा। अगला पॉइंट हैगा कि जिहड़ा वर्खा दा पानी है इहदे विच बहुत जरूरी तत् हुंदे ने जिहड़े फसल दे वाधे विच बहुत सहायक हुंदे ने, जिवें नाइट्रोजन ਦੇ ਇਹੋ ਜਿਹੇ ਰੂਪ ਵਰਖਾ ਦੇ ਪਾਣੀ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਨਾਈਟ੍ਰੇਟ ਅਤੇ ਨਾਈਟ੍ਰਾਈਟ ਦੇ ਰੂਪ ਦੇ ਵਿੱਚ, ਜਿਨ੍ਹਾਂ ਨੂੰ ਜਿਹੜੇ ਪੌਦੇ ਉਹ ਈਜ਼ੀਲੀ ਬੜੇ ਸੌਖੇ ਤਰੀਕੇ ਨਾਲ ਸੋਖ ਲੈਂਦੇ ਨੇ। ਮੀਂਹ ਦਾ ਪਾਣੀ ਮਿੱਟੀ ਵਿੱਚੋਂ ਪੌਦਿਆਂ ਨੂੰ ਤੱਤ ਲੈਣ ਦੇ ਵਿੱਚ ਵੀ ਮਦਦ ਕਰਦਾ, ਕਿਉਂਕਿ ਇਸ ਵਿੱਚ ਕਾਰਬਨ ਹੁੰਦੀ ਹੈ ਜਿਹੜੇ ਕਿ ਜ਼ਿੰਕ, ਮੈਗਨੀਸ਼ੀਅਮ, ਕਾਪਰ ਵਰਗੇ ਅਤੇ ਮੈਂਗਨੀਜ਼ ਵਰਗੇ ਜਿਹੜੇ ਲਘੂ ਤੱਤ ਨੇ ਉਹਨਾਂ ਨੂੰ ਮਿੱਟੀ ਦੇ ਵਿੱਚੋਂ ਮੁਕਤ ਕਰ ਦਿੰਦੀ ਹੈ। ਇਸ ਤਰੀਕੇ ਨਾਲ ਜਿਹੜਾ ਵਰਖਾ ਦਾ ਪਾਣੀ ਆ ਉਹ ਇਹਨਾਂ ਤੱਤਾਂ ਨੂੰ ਮਿੱਟੀ ਦੇ ਵਿੱਚੋਂ ਪੌਦੇ ਨੂੰ ਮੁਹੱਈਆ ਕਰਾਉਂਦਾ ਗਾ। ਵੱਡੇ ਤੱਤ ਜਿਵੇਂ ਨਾਈਟ੍ਰੋਜਨ ਉਹ ਇਹਦੇ 'ਚ ਜਿਹੜੀ ਵਾਤਾਵਰਨ ਦੇ ਵਿੱਚੋਂ ਘੁਲ ਕੇ ਉਹ ਧਰਤੀ 'ਤੇ ਪਹੁੰਚਦੀ ਵੀ ਹੈ, ਜਿਸ ਕਰਕੇ ਜਿਹੜਾ ਪੌਦਾ ਉਹ ਹਰਿਆ ਭਰਿਆ ਲੱਗਣ ਲੱਗ ਜਾਂਦਾ ਜਾਂ ਫਸਲਾਂ ਨੇ ਜਿਹੜੀਆਂ ਰੰਗ ਫੜ ਜਾਂਦੀਆਂ ਨੇ, ਫਟਾਰਾ ਵੱਧ ਜਾਂਦਾ। ਅਮੋਨੀਅਮ ਅਤੇ ਨਾਈਟ੍ਰੇਟ ਰੂਪ ਦੇ ਵਿੱਚ ਜਿਹੜੀ ਨਾਈਟ੍ਰੋਜਨ ਆ ਉਹ ਮੀਂਹ ਦੇ ਪਾਣੀ ਨਾਲ ਉਹ ਧਰਤੀ ਦੇ ਉੱਪਰ ਪਹੁੰਚਦੀ ਹੈ ਜਿਸ ਨੂੰ ਪੌਦੇ ਲੈ ਲੈਂਦੇ ਨੇ। ਇਸ ਦੇ ਨਾਲ ਹੀ ਕਾਰਬਨ ਡਾਈਆਕਸਾਈਡ ਵੀ ਵਰਖਾ ਦੇ ਪਾਣੀ ਨਾਲ ਥੱਲੇ ਆਉਂਦੀ ਹੈ, ਜਿਹੜੀ ਫੋਟੋਸਿੰਥੈਸਿਸ ਯਾਨੀ ਕਿ ਪ੍ਰਕਾਸ਼ ਸੰਸ਼ਲੇਸ਼ਣ ਦੇ ਵਿੱਚ ਮਦਦ ਕਰਦੀ ਹੈ, ਅਤੇ ਨਾਲ ਹੀ ਜਿਹੜੀ ਆਕਸੀਜਨ ਹੈ ਉਹ ਵੀ ਘੁਲੇ ਹੋਏ ਰੂਪ ਦੇ ਵਿੱਚ ਜਿਹੜੀ ਵਰਖਾ ਨਾਲ ਧਰਤੀ 'ਤੇ ਆਉਂਦੀ ਹੈ, ਜਿਹੜੀ ਕਿ ਜੜ੍ਹਾਂ ਲਈ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਹੁਣ ਕਿਉਂਕਿ ਕਾਫ਼ੀ ਜ਼ਿਆਦਾ ਵੈਬਸਾਈਟਾਂ 'ਤੇ ਖੋਜ ਪੱਤਰ ਪੜ੍ਹੇ ਨੇ ਅਤੇ ਉਹਨਾਂ ਦੇ ਵਿੱਚ ਮੀਂਹ ਦੇ ਪਾਣੀ ਦੀ ਜਿਹੜੀ ਪੀ ਐੱਚ ਆ ਉਹ ਵੱਖ ਵੱਖ ਹੈ, ਜਿਵੇਂ ਇੱਥੇ 6.2 ਤੋਂ 6.8 ਦਿੱਤੀ ਹੋਈ ਹੈ ਅਤੇ ਕੁਛ ਦੇ ਵਿੱਚ ਇਹ 5.5 ਤੋਂ 7 ਦਿੱਤੀ ਹੋਈ ਹੈ। ਅਤੇ ਜਿਹੜੀ ਘੱਟ ਪੀ ਐੱਚ ਮਤਲਬ ਤੇਜ਼ਾਬੀ ਪਣਾ ਹੈ ਵਰਖਾ ਦਾ, ਇਹ ਮਿੱਟੀ ਦੇ ਵਿੱਚੋਂ ਜਿਹੜੇ ਤੱਤ ਹੁੰਦੇ ਨੇ ਉਹਨਾਂ ਨੂੰ ਫ੍ਰੀ ਕਰ ਦਿੰਦਾ, ਜਿਹੜੇ ਅੱਗੇ ਪੌਦਿਆਂ ਨੂੰ ਲੈਣੇ ਸੌਖੇ ਹੋ ਜਾਂਦੇ ਨੇ। ਇਹਨਾਂ ਤੱਤਾਂ ਦੇ ਵਿੱਚ ਜ਼ਿੰਕ, ਮੈਗਨੀਸ਼ੀਅਮ, ਮੈਂਗਨੀਜ਼ ਵਰਗੇ ਲਘੂ ਤੱਤ ਨੇ ਜਿਹੜੇ ਉਹ ਸ਼ਾਮਲ ਨੇ। ਜ਼ਿਆਦਾ ਤੇਜ਼ਾਬੀਪਣ ਅਤੇ ਜ਼ਿਆਦਾ ਖਾਰਾਪਣ ਮਿੱਟੀ ਦਾ ਜਦੋਂ ਹੋ ਜਾਂਦਾ ਤਾਂ ਉਦੋਂ ਜਿਹੜੇ ਪੌਦੇ ਨੇ ਉਹ ਮਿੱਟੀ ਦੇ ਵਿੱਚੋਂ ਤੱਤ ਨਹੀਂ ਲੈ ਸਕਦੇ, ਅਤੇ ਜਿਹੜਾ ਵਰਖਾ ਦਾ ਪਾਣੀ ਹੈ ਇਹ ਜ਼ਿਆਦਾ ਤੇਜ਼ਾਬੀਪਣ ਅਤੇ ਜ਼ਿਆਦਾ ਖਾਰੇਪਣ ਨੂੰ ਘੱਟ ਕਰ ਦਿੰਦਾ। ਹੁਣ ਇੱਕ ਹੋਰ ਵੈਬਸਾਈਟ ਦੇ ਮੁਤਾਬਕ ਵਰਖਾ ਦੇ ਵਿੱਚ ਕੁਛ ਆਇਨ ਹੁੰਦੇ ਨੇ ਜਿਵੇਂ ਸੋਡੀਅਮ ਹੈ, ਮੈਗਨੀਸ਼ੀਅਮ ਹੈ, ਕੈਲਸ਼ੀਅਮ ਹੈ, ਪੋਟਾਸ਼ੀਅਮ ਹੈ, ਬਾਈਕਾਰਬੋਨੇਟ, ਤਾਂ ਇਹ ਆਇਨ ਹੁੰਦੇ ਨੇ ਜਿਹੜੇ ਪੌਦੇ ਦੇ ਵਿਕਾਸ ਲਈ ਜ਼ਰੂਰੀ ਹੁੰਦੇ ਨੇ।
ਅਤੇ ਇਸ ਦੇ ਨਾਲ ਹੀ ਇਹਦੇ ਵਿੱਚ ਅਮੋਨੀਆ ਹੁੰਦਾ, ਨਾਈਟਰਾਈਟ, ਨਾਈਟ੍ਰੋਜਨ, ਨਾਈਟ੍ਰੋਜਨਸ ਕੰਪਾਊਂਡ ਜਿਹੜੇ ਸਾਨੂੰ ਯੂਰੀਆ 'ਚੋਂ ਆਮ ਰੇਹ 'ਚੋਂ ਮਿਲਦੇ ਨੇ। ਨਾਈਟ੍ਰੋਜਨ ਦੀ ਲੋੜ ਪੌਦੇ ਨੂੰ ਪ੍ਰੋਟੀਨ, ਅਮੀਨੋ ਐਸਿਡ, ਹਾਰਮੋਨ, ਕਲੋਰੋਫਿਲ ਅਤੇ ਹੋਰ ਜਿਹੜਾ ਹੈਗਾ ਭੋਜਨ ਅਤੇ ਭੋਜਨ ਦੇ ਤੱਤ ਬਣਾਉਣ ਦੇ ਵਿੱਚ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ। ਇਸ ਕਰਕੇ ਅਸੀਂ ਯੂਰੀਆ ਦੀਆਂ ਕਈ ਕਿਸ਼ਤਾਂ ਪੌਦੇ ਨੂੰ ਦਿੰਦੇ ਹਾਂ। ਦੂਸਰੇ ਨੰਬਰ 'ਤੇ ਗੱਲ ਕਰਦਾ ਕਾਰਬਨ ਡਾਈਆਕਸਾਈਡ ਦੀ। ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਵੀ ਘੁਲੇ ਹੋਏ ਰੂਪ ਦੇ ਵਿੱਚ ਵਰਖਾ ਦੇ ਪਾਣੀ ਨਾਲ ਥੱਲੇ ਆਉਂਦੀ ਹੈ, ਜਿਹੜੀ ਪੌਦੇ ਲਈ ਕਾਫੀ ਲੋੜੀਂਦੀ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਰਖਾ ਦੇ ਵਿੱਚ ਬਹੁਤ ਸਾਰੇ ਜ਼ਰੂਰੀ ਤੱਤ ਹੁੰਦੇ ਨੇ ਜਿਹੜੇ ਇੱਕ ਪੌਦੇ ਦੇ ਹਰਿਆ ਭਰਿਆ ਹੋਣ ਅਤੇ ਵਾਧੇ ਲਈ ਬਹੁਤ ਜ਼ਰੂਰੀ ਨੇ। ਅਤੇ ਮਿੱਟੀ ਦੀ ਸੰਰਚਨਾ, ਸਾਡੇ ਆਲੇ ਦੁਆਲੇ ਦੀ ਸੰਰਚਨਾ ਨੂੰ ਠੀਕ ਕਰਨ ਲਈ ਵੀ ਜਿਹੜਾ ਹੈਗਾ ਵਰਖਾ ਦਾ ਪਾਣੀ ਬਹੁਤ ਚੰਗਾ ਸਿੱਧ ਹੁੰਦਾ। ਰੇਨ ਵਾਟਰ ਹਾਰਵੈਸਟਿੰਗ ਦਾ ਕੰਸੈਪਟ ਵੀ ਚੱਲ ਰਿਹਾ ਕਿ ਅਸੀਂ ਇਹਨੂੰ ਆਪਾਂ ਕਿਵੇਂ ਜਮ੍ਹਾਂ ਕਰ ਸਕਦੇ ਹਾਂ, ਕਿਵੇਂ ਬਚਾ ਸਕਦੇ ਹਾਂ, ਅਤੇ ਉਸ ਪਾਸੇ ਵੱਲ ਵੀ ਜਾ ਸਕਦੇ ਹਾਂ। ਮੈਨੂੰ ਲੱਗਦਾ ਆਪਾਂ ਨੂੰ ਕਾਫੀ ਗੱਲਾਂ ਸਮਝ ਆ ਗਈਆਂ ਹੋਣਗੀਆਂ ਕਿ ਆਮ ਜਿਵੇਂ ਕਹਾਵਤ ਹੈ ਵੀ ਮੀਂਹ ਆ ਜਿਹੜਾ ਉਹ ਰੇਹ ਵਾਂਗੂ ਲੱਗਦਾ, ਕਿਵੇਂ ਲੱਗਦਾ। ਅੱਜ ਲਈ ਇੰਨੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।